ਪੁਲਿਸ ਨੇ 2 ਦਿਨ ਦਾ ਹੋਰ ਪੁਲਿਸ ਰਿਮਾਂਡ ਮੰਗਿਆ ਸੀ ਜਿੰਨੀਆਂ ਕਿ ਫਰੇਵਲਸ ਗੱਲਾਂ ਲਿਖ ਸਕਦੇ ਸੀ ਲਿਖੀਆਂ ਔਰ ਅੱਜ ਕੀ ਅਪਡੇਟ ਆਈ ਹੈ ਜੀ ਅੱਜ ਸਰ ਪੁਲਿਸ ਨੇ 2 ਦਿਨ ਦਾ ਵਿਜੀਲੈਂਸ ਡਿਪਾਰਟਮੈਂਟ ਨੇ ਪੁਲਿਸ ਰਿਮਾਂਡ ਮੰਗਿਆ ਸੀ ਔਰ ਉਹਦੇ ਵਿੱਚ ਪੁਲਿਸ ਰਿਮਾਂਡ ਦੀ ਕਾਪੀ ਵੀ ਸਾਡੇ ਕੋਲ ਹੈ ਜੋ ਇੱਕ ਸਟੀਰੀਓਟਾਈਪ ਪ੍ਰੋਸੀਡਿੰਗ ਪਹਿਲਾਂ ਚੱਲ ਰਹੀ ਹੈ ਜੀ ਇਹਨਾਂ ਦਾ ਉਹ ਵੈਰੀਫਾਈ ਕਰਨਾ ਇਹਨਾਂ ਦਾ ਉਹ ਵੈਰੀਫਾਈ ਕਰਨਾ ਅਸੀਂ ਆਰਗਿਊ ਕੀਤਾ ਅਤੇ ਜੱਜ ਨੇ ਇਹਨਾਂ ਨੂੰ ਪੁਲਿਸ ਰਿਮਾਂਡ ਰਿਜੈਕਟ ਕਰਤਾ ਅਤੇ ਜੁਡੀਸ਼ੀਅਲ ਰਿਮਾਂਡ ਦੇ ਵਿੱਚ 2-8 ਤੱਕ ਪਾਤਾ ਅਤੇ ਸਰ ਇਹ ਹੁਣ ਜੇਲ੍ਹ 'ਚ ਰਹਿਣਗੇ ਕਿ ਹੋਸਪਿਟਲ 'ਚ ਰਹਿਣਗੇ ਦੇਖੋ ਅਸੀਂ ਜੇਲ੍ਹ ਅਥਾਰਟੀਜ਼ ਨੂੰ ਲਿਖਾਂਗੇ ਕਿ ਜੋ ਜੁਡੀਸ਼ੀਅਲ ਲਿਖਾਂਗੇ ਕਿ ਇਹਨਾਂ ਦੀ ਤਬੀਅਤ ਖਰਾਬ ਹੈ ਇਹਨਾਂ ਦਾ ਰਿਕਾਰਡ ਹੀ ਦੱਸਣ ਡਿਆ ਮੈਡੀਕਲ ਬੋਰਡ ਜਿਹੜਾ ਬਣਾਇਆ ਕੱਲ੍ਹ ਜਿਹੜੀ ਇਹਨਾਂ ਦੀ ਤਬੀਅਤ ਸੀ ਉਹ ਵੀ ਖਰਾਬ ਹੈ ਇਹ ਹੁਣ ਬਾਕੀ ਮਾਨ ਸਾਹਿਬ ਦੱਸਣਗੇ ਕਿ ਉਹਨਾਂ ਨੇ ਅੱਗੋਂ ਕੀ ਡਾਇਰੈਕਸ਼ਨ ਇਸ਼ੂ ਕੀਤੀ ਹੁਣ ਅੱਜ ਜੋ ਜਾਣਗੇ ਅੱਜ ਜੁਡੀਸ਼ੀਅਲ ਜਾਣਗੇ ਤਾਂ ਜੇਲ੍ਹ 'ਚ ਜਾਣਗੇ ਕਿ ਹੋਸਪਿਟਲ 'ਚ ਜਾਣਗੇ ਨਹੀਂ ਸਰ ਅਸੀਂ ਇਹਨਾਂ ਨੂੰ ਇਹੋ ਹੀ ਰਿਕੁਐਸਟ ਕਰਨੀ ਹੈ ਜੇਲ੍ਹ ਅਥਾਰਟੀ ਨੇ ਕੋਰਟ ਨੇ ਇਹਨਾਂ ਨੂੰ ਕਿਹਾ ਕਿ ਇਹਨਾਂ ਦਾ ਮੈਡੀਕਲ ਹੋਵੇ ਔਰ ਉਹਦਾ ਦੇਖੋ ਉਹਦਾ ਫੈਸਲਾ ਹੁਣੇ ਥੋੜ੍ਹੀ ਦੇਰ ਤੱਕ ਆ ਜਾਏ ਮੈਡੀਕਲ ਹੋਏਗਾ ਤਾਂ ਮਤਲਬ ਹਾਂਜੀ ਬਿਲਕੁਲ ਹੋਏਗਾ ਜੀ ਅਸੀਂ ਐਪਲੀਕੇਸ਼ਨ ਮੂਵ ਕੀਤੀ ਹੈ ਵੈਸੇ ਕਿੰਨੇ ਦਿਨ ਦਾ ਰਿਮਾਂਡ ਪਾਉਂਦਾ ਜੀ ਜੁਡੀਸ਼ੀਅਲ ਤੋਂ 14 ਦਿਨਾਂ ਦਾ ਹੋ ਗਿਆ 2-8 ਤੱਕ ਹੋ ਗਿਆ ਜੀ ਤੁਹਾਡੇ ਵੱਲੋਂ ਐਪਲੀਕੇਸ਼ਨ ਲਗਾਈ ਗਈ ਜੀ ਕਿ ਹਾਂਜੀ ਲਗਾ ਠੀਕ ਨਹੀਂ ਹੈ ਲਗਾ ਦਿੱਤੀ ਹੈ ਜੀ ਲਗਾ ਉਹਦਾ ਫੈਸਲਾ ਕਿੰਨੇ ਵਜੇ ਆਊਗਾ ਜੀ ਉਹ 2-3 ਮਿੰਟ 'ਚ ਜੱਜ ਸਾਹਿਬ ਨੇ ਕਰ ਦੇਣਾ ਉਹ ਜੇਲ੍ਹ ਅਥਾਰਟੀ ਨੂੰ ਇਹੀ ਕਹਿਣਾ ਕਿ ਇਹਨਾਂ ਨੂੰ ਮੈਡੀਕਲੀ ਦੇਖਿਆ ਜਾਵੇ ਕਿ ਅਗਰ ਮੈਡੀਕਲੀ ਠੀਕ ਨਾ ਤਾਂ ਫਿਰ ਠੀਕ ਹੈ ਨਹੀਂ ਅਦਰਵਾਈਜ਼ ਵੈਸੇ ਉਹਨਾਂ ਦਾ ਕਰੋਨਿਕ ਪੇਸ਼ੈਂਟ ਹੈ ਹਾਰਟ 'ਚ ਪੇਸਮੇਕਰ ਪਿਆ ਨਿਊਰੋ ਦੀ ਉਹਨਾਂ ਨੂੰ ਪ੍ਰੋਬਲਮ ਹੈ ਲੈਟਸ ਸੀ ਕੀ